जी नाजरीन तुम तक सकते हो साढ़े जी फोर्ट अख्तर साढ़े भाजी मौजूद ने देख जिस तरह आपने पंजाब इंडिया तो पंजाब पाकिस्तान के अफर होंगे भाजी टफ्टर से अब कबड्डी वेखना है भाजी सारे दर्शकों दसो तुम जिदा असं छोटे होंगे जाइदा से कबड्डिया के टफ्टर से तुम अब यूके वाला मुल बनाया तो कि लग रहा बहुत वधिया लग रहा जी अभी स्पैशली शौक ने मंगाया वे टूर्नामेंटा दिन लैके जाया करेंगे टफ्टर से स्पैशली आया भी इंडिया तो टफ्टर इंडिया तो आया इंडिया तो बन के आया भाजी इंडिया बरनाले तो रेडी पे आया ठीक है इतने भाजी कितना चीज लगा टफ्टर मतलब इतने पहुँचाने लिए तो मेरे प्रोसैस होंगे छे महीने लग गए ठीक है तो भाजी अब जिस तरह का बड़ा टूर्नामेंट हो रहा काफ़ी ऑल ओवर द यूके जो कबड्डी लोग लाभ करने वाले आए थे तुम दसो तुम इतने साउथ हाल तो आओ या कितों आए मैच वेखने लिए स्लो रहने जी स्लो तो आए हो हाँ जी स्लो साउथ वाले साडा अपना टूर्नामेंट आ ठीक आ ते सारे अपने बहुत टाइम तो जानते हैं अच्छा ਜ਼ਹਿਰ ਇਹ ਚ ਨਹੀਂ ਹੁੰਦੀ ਇਹਦੇ ਜ਼ਹਿਰ ਨਹੀਂ ਹੁੰਦੀ ਜ਼ਹਿਰ ਨਹੀਂ ਹੁੰਦੀ ਬਾਜੀ ਇਹ ਪੈਟ ਸ਼ਾਪ ਦਾ ਆਮ ਮਿਲ ਜਾਂਦਾ ਅੱਛਾ ਬਾਜੀ ਇਹ ਇੰਡੀਆ ਪੰਜਾਬ ਦੇ ਵਿੱਚ ਸਭ ਹੈਗੇ ਆ ਇਦਾਂ ਦੇ ਨਹੀਂ ਨਹੀਂ ਇੱਥੇ ਨਹੀਂ ਆਪਾਂ ਉੱਥੇ ਤਾਂ ਕੋਬਰਾ ਜ਼ਿਆਦਾ ਉਹ ਡੇਂਜਰਸ ਆ ਜ਼ਹਿਰ ਵਾਲੇ ਬਾਜੀ ਤੁਹਾਡਾ ਮੈਂ ਦੇਖਿਆ ਕਿ ਲੋਕਾਂ ਕੋਲ ਮੁਖਲੀ ਸ਼ੌਕ ਹੈ ਤੁਸੀਂ ਟਫਟਰਾਂ ਤੇ ਆਏ ਹੋ ਉਹਦਾ ਪੂਰੇ ਪੰਜਾਬੀ ਬੜੇ ਕੱਪੜੇ ਪਾਏ ਟਫਟਰ ਮੁਰਗੇ ਸਭ ਤੇ ਬਾਜੀ ਇਹਦਾ ਕਿੰਨੇ ਤੋਂ ਸ਼ੌਕ ਹੈ ਸ਼ੌਕ ਹੁਣ ਆਪਾਂ ਇੱਥੇ ਕਿੰਨੇ ਚਿਰ ਤੋਂ ਆ ਗਏ ਹਾਂ ਹੁਣ ਇੰਡੀਆ ਜਾ ਕੇ ਤਾਂ ਰਹਿ ਨਹੀਂ ਸਕਦੇ ਇੱਥੇ ਯੂਟਿਊਬ ਫਿਰ ਆਪਾਂ ਇੱਥੇ ਪੰਜਾਬੀ ਮਾਹੌਲ ਬਣਾਤਾ ਇੰਗਲੈਂਡ ਨੂੰ ਇੱਥੇ ਆਪਾਂ ਇੱਥੇ ਆਨੰਦ ਲੈਂਦਾ ਸੋਚਿਆ ਮੈਂ ਪਾਕਿਸਤਾਨ ਵੀ ਥੋੜ੍ਹੇ ਜਾ ਕੇ ਉੱਥੇ ਵੀ ਰਹਿ ਕੇ ਆਇਆ ਪਾਕਿਸਤਾਨ ਤੁਸੀਂ ਕਿੱਥੇ ਗਿਆ ਰਹਿ ਕੇ ਆਇਆ ਹਾਂਜੀ ਤੁਹਾਡੇ ਆਪਣਾ ਯਾਤਰਾ 'ਤੇ ਗਏ ਸੀ ਨਨਕਾਣਾ ਸਾਹਿਬ ਹਾਂਜੀ ਲਾਹੌਰ ਵੀ ਹਾਂਜੀ ਸਾਰੇ ਉੱਥੇ 10 ਦਿਨ ਰਹਿ ਕੇ ਆਏ ਉੱਥੇ ਬੜਾ ਆਨੰਦ ਮਾਣਿਆ ਭਾਜੀ ਤੁਸੀਂ ਕੀ ਦੇਖਿਆ ਕਿ ਪਾਕਿਸਤਾਨ ਦੇ ਲੋਕ ਜਿਹੜੇ ਪੰਜਾਬ ਦੇ ਸਪੈਸ਼ਲ ਲੋਕ ਹੈ ਤੁਹਾਨੂੰ ਕਿੱਦਾਂ ਦਾ ਲੋਕਾਂ ਦਾ ਪਿਆਰ ਤੁਸੀਂ ਪਾਇਆ ਮੈਂ ਕਿਹਾ ਜੀ ਮੇਰੀ ਜਿਹੜੀ ਬੈਸਟ ਜਾਨੀ ਉਹੀ ਰਹੀ ਹੈਗਾ ਹਾਂਜੀ ਮੈਂ ਉਹੀ ਕਹਿਣਾ ਹਮੇਸ਼ਾ ਵੀ ਜਿਹੜਾ ਮੇਰਾ ਬੈਸਟ ਟੂਰ ਸੀਗਾ ਉਹ ਪਾਕਿਸਤਾਨ ਦਾ ਸੀ ਪਾਕਿਸਤਾਨ ਦਾ ਟੂਰ ਸੀ ਅਤੇ ਹੁਣ ਕਦੋਂ ਤੁਸੀਂ ਦੁਬਾਰਾ ਪਾਕਿਸਤਾਨ ਜਾਓਗੇ ਦਿਲ ਤਾਂ ਕਹਿੰਦਾ ਰਹਿ ਸਕਦਾ ਜੀ ਹਾਂਜੀ ਬਾਕੀ ਅੰਜਲ ਦੀਆਂ ਗੱਲਾਂ ਹੁੰਦੀਆਂ ਕਈ ਵਾਰੀ ਹੈ ਨਾ ਪਰ ਉੱਥੇ ਜਾ ਕੇ ਲੋਕ ਬਹੁਤ ਪਿਆਰ ਕਰਦੇ ਆ ਬਹੁਤ ਪਿਆਰ ਕਰਦੇ ਸਿੰਘਾਂ ਨੂੰ ਇੰਨਾ ਪਿਆਰ ਕਰਦੇ ਨਾ ਨੋ ਡਾਊਟ ਭਾਜੀ ਕਹਿੰਦੇ ਕਿ ਜਿੱਦਾਂ ਆਪਣਾ ਪੰਜਾਬ ਅਤੇ ਇੰਡੀਆ ਦਾ ਪੰਜਾਬ ਉਸ ਵਿੱਚ ਖਾਲੀ ਇੱਕ ਲੈਣ ਹੀ ਹੈਗੀ ਅਤੇ ਉਹਦਾ ਸਾਡਾ ਮਾਹੌਲ ਸੇਮ ਆ ਸਾਡੀ ਗੱਲਬਾਤ ਸੇਮ ਆ ਸਾਡਾ ਡਰੈਸਿੰਗ ਸੀ ਤੱਕ ਮੈਂ ਕਿਹਾ ਜੀ ਇੰਨਾ ਪਿਆਰ ਦਿੰਦੇ ਆ ਨਾ ਲੋਕ ਪਤਾ ਨਹੀਂ ਲੱਗਦਾ ਵੀ ਤੁਸੀਂ ਵੀ ਪਾਕਿਸਤਾਨ ਜਾਂ ਇੰਡੀਆ ਜਾਂ ਇੰਡੀਆ ਵੀ ਨਾਲੇ ਸੇਫਟੀ ਉਹਨਾਂ ਵੀ ਜ਼ਿਆਦਾ ਕਰਦੇ ਹੈਗੇ ਚਲੋ ਬੰਦੇ ਬਾਹਰੋਂ ਆਏ ਹੈਗੇ ਆ ਅਤੇ ਭਾਅ ਜੀ ਇਸ ਟਰੈਕਟਰ ਦੀ ਇੰਡੀਆ ਪੰਜਾਬ ਦੇ ਵਿੱਚ ਕੀ ਕਿੰਨੀ ਕੀ ਕੀਮਤ ਆ ਇਹਦੀ ਦੇਖੋ ਜੀ ਉੱਥੇ ਦੀ ਕੀਮਤ ਤਾਂ ਹੈਗੀ ਆ ਜਿਹੜੇ ਪੁਰਾਣਾ ਹੈਗਾ 87 ਮਾਡਲ ਹੈਗਾ 87 ਮਾਡਲ ਦਾ 87 ਮਾਡਲ ਆ ਠੀਕ ਜਿਹੜਾ ਫੋਰਡ 3600 ਆ ਇਹ ਆਉਂਦੇ ਨਹੀਂ ਹੈਗੇ ਠੀਕ ਆ ਇਹ ਬੰਦ ਹੋਏ ਹੋਏ ਹੈਗੇ ਆ ਪਹਿਲੀਆਂ 'ਚ ਹੁਣ ਤਾਂ ਨਵੇਂ ਮਾਡਲ ਹੈਗੇ ਸਾਰੇ ਪਰ ਇਹਦਾ ਇੱਕ ਵੱਖਰਾ ਹੈਗਾ ਆਪਣੀ ਆਪਣਾ ਨਜ਼ਾਰਾ ਆਪਣੀ ਆਪਣੀ ਟੂਨ ਇਹਦੀ ਵੱਖਰੀ ਹੈਗੀ ਜਦੋਂ ਟੂਨ ਵੱਖਰੀ ਆ ਹਾਂਜੀ ਜਦੋਂ ਤੁਸੀਂ ਸਟਾਰਟ ਕਰੋਗੇ ਹੁਣ ਤੁਸੀਂ ਦੇਖ ਲਓ ਵਾਹ ਜਿਹੜੀ ਆਹ ਚੀਜ਼ ਆ ਇਹ ਫੋਰ ਟਰੈਕਟਰ ਨਹੀਂ ਸਾਊਂਡ ਦੇ ਟਰੈਕਟਰ ਹੋਰ ਨਹੀਂ ਕੱਢੂ ਅੱਛਾ ਇਹ ਫੋਰ 3600 ਕੱਢੂ ਫੋਰ 3600 ਕੱਢੂ ਉਹ ਫੋਰ 4600 ਆ ਉਹ ਇਹ ਸਾਊਂਡ ਨਹੀਂ ਕੱਢੂਗਾ ਉਹ ਵੀ ਤੁਹਾਡਾ ਆਪਣਾ ਜੀ ਉਹ ਆਪਣੀ ਯਾਰ ਆਪਣੀ ਯਾਰ ਦੋਸਤ ਫਰੈਂਡ ਜੀ ਤੇ ਇਹ 3600 ਦਾ ਸਾਡਾ ਸਾਊਂਡ ਆ ਹਾਂਜੀ ਇਹ ਅਸਲੀ ਸਾਊਂਡ ਇਹ ਆ ਤੇ ਭਾਅ ਜੀ ਇਹ ਜਿਹੜਾ ਕਿਹੜਾ ਦੱਸਿਆ ਮਾਡਲ ਹੈ ਹਾਂਜੀ ਕਿਹੜਾ 87 ਮਾਡਲ 87 ਅੱਛਾ ਇਹ ਸਾਰਾ ਕੁਝ ਓਰੀਜਨਲ ਆ ਵੀ ਸਗੋ ਓਰੀਜਨਲ ਆ ਜਾਂ ਪੇਂਟ ਪੁਰ ਥੋੜਾ ਬਹੁਤ ਜਿਹਾ ਟਾਇਰਾ ਹਾਂ ਥੋੜੀ ਚੀਜ਼ਾਂ ਐਕਸਟਰਾ ਲਾਈਆਂ ਹੈਗੀਆਂ ਲੇਕਿਨ ਮੋਸਟ ਚੀਜ਼ਾਂ ਓਰੀਜਨਲ ਚੱਲਦੀਆਂ ਹਾਂ ਮੋਸਟ ਇੰਜਨ ਓਰੀਜਨਲ ਆ ਸਾਰਾ ਹੈਗਾ ਬਾਕੀ ਆ ਮਡਗਾਰ ਵਗੈਰਾ ਨਵੇਂ ਲਾਉਂਦੇ ਹੈਗੇ ਆ ਸ਼ੋ ਸ਼ੂ ਥੋੜੀ ਰਿਪੇਅਰ ਕਰ ਦਿੰਦੇ ਹੈਗੇ ਕਿਉਂਕਿ ਫਿਰ ਵੀ ਪੁਰਾਣੇ ਹੁੰਦੇ ਚੀਜ਼ਾਂ ਫਿਰ ਰਿਪੇਅਰ ਕਰਕੇ ਫਿਰ ਇੱਦਾਂ ਬਾਹਰ ਨੂੰ ਭੇਜ ਸਕਦੇ ਹਾਂ ਹੁਣ ਉਹ ਫਿਰ ਮੰਗਾਉਣ ਦਾ ਫਾਇਦਾ ਕੋਈ ਨਹੀਂ ਨਾ ਟੌਰ ਨਹੀਂ ਬਣਦੀ ਹੈਗੀ ਕਿਆ ਬਾਤ ਹੈ ਲੈਟਾਂ ਲੂਟਾਂ ਸਭ ਭਾਅ ਜੀ ਆਖਰੀ ਗੱਲਬਾਤ ਕਰਾਂਗਾ ਕਿ ਆਪਣਾ ਭਾਅ ਜੀ ਪੰਜਾਬ ਕਿਹੜੇ ਥਾਂ ਕਿਹੜੇ ਇਲਾਕੇ 'ਤੇ ਤਾਂ ਲੱਗਾ ਅਸੀਂ ਜਲੰਧਰ ਤੋਂ ਜੀ ਸਾਡੇ ਜਲੰਧਰ ਸਾਡਾ ਪਿੰਡ ਹੈਗਾ ਔਜਲਾ ਢੱਕ ਅੱਛਾ ਔਜਲਾ ਢੱਕ ਹਾਂਜੀ ਇਹ ਪੈਂਦਾ ਹੈਗਾ ਅਤੇ ਯੂਕੇ ਸਲੋ ਦੇ ਚੱਲ ਰਿਹਾ ਹਾਂ ਯੂਕੇ ਦੀ ਸਲੋ ਕਿੰਨਾ ਚਿਰ ਹੋ ਗਿਆ ਯੂਕੇ ਦੇ ਵਿੱਚ ਯੂਕੇ ਸਾਰੀ ਉਮਰ ਯੂਕੇ ਲੰਘੇ ਜੀ ਸਾਰੀ ਉਮਰ ਯੂਕੇ ਲੰਘੀ ਹਾਂਜੀ ਮੈਂ 18 ਸਾਲ ਦਾ ਸੀ ਜਦੋਂ ਇੱਥੇ ਆਇਆ ਲੇਕਿਨ ਤੁਸੀਂ ਮਾਹੌਲ 35 ਸਾਲ ਹੋ ਗਿਆ ਮਾਹੌਲ ਪੰਜਾਬ ਵਾਲਾ ਬਣਾਇਆ ਹੋਇਆ ਸ਼ੌਂਕ ਆ ਜੀ ਆਪਣਾ ਆਪਾਂ ਕੋਲ ਟਰੱਕ ਵੀ ਹੈਗੇ ਆ ਟਰੱਕ ਵੀ ਹੈਗੇ ਹਾਂਜੀ ਟਰੱਕਾਂ ਦਾ ਕੰਮ ਹੈਗਾ ਠੀਕ ਹੈ
ਵਧੀਆ ਫਲੀਟ ਹੈਗੀ ਆਪਾਂ ਕੋਲ। ਕੀ ਬਾਤ ਹੈ, ਠੀਕ ਹੈ। ਅਸੀਂ 97 ਤੋਂ ਤਾਂ ਇੱਥੇ ਟਰੱਕਾਂ ਦਾ ਕੰਮ ਕਰਦੇ ਹੈਗੇ। ਠੀਕ ਹੈ ਜ਼ਬਰਦਸਤ ਜੀ। 25 ਸਾਲ ਤੁਸੀਂ ਭਾਅ ਜੀ ਦੀ ਗੱਲਬਾਤ ਸੁਣੀ ਜੀ, ਮਾਸ਼ਾਅੱਲਾ ਬੜੀ ਅੱਛੀ ਸਾਨੂੰ ਗੱਲਬਾਤ ਲੱਗੀ। ਔਰ ਇਹਨਾਂ ਦੱਸਿਆ ਕਿ 87 ਵਾਲੇ ਟਰੈਕਟਰ ਦਾ 3600 ਫੋਰਡ ਨਾਲ ਸਟਾਰਟ ਕਰਕੇ ਦੱਸਿਆ, ਉਹਦੀ ਸੋਹਣੀ ਤੁਹਾਨੂੰ ਸੁਣਾਈ। ਔਰ ਤੁਸੀਂ ਦੇਖ ਸਕਦੇ ਹੋ ਲੋਕ ਆਉਂਦੇ ਇਹਨਾਂ ਕੋਲ ਫੋਟੋਆਂ ਲੈਣ ਲਈ, ਔਰ ਭਾਅ ਜੀ ਦਾ ਬੜਾ ਪਿਆਰ ਹੈ, ਹਰ ਬੰਦੇ ਨੂੰ ਕਹਿੰਦੇ ਆ ਕੇ ਫੋਟੋ ਬਣਾਓ। ਸਾਨੂੰ ਵੀ ਟਾਈਮ ਦਿੱਤਾ ਨੇ, ਯਕੀਨ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਏਗੀ। ਇਸ ਕਰਕੇ ਆ ਕੇ ਕੋਈ ਵੀ ਹਰੇ ਆਨੰਦ ਲਵੇ, ਇੱਦਾਂ ਉੜੋ ਪਿਓ ਚੀਜ਼ ਲਿਆ ਕੇ ਨਹੀਂ ਹੱਥ ਨਹੀਂ ਲਾਉਣਾ। ਆਪਾਂ ਮੈਂ ਦੇਖਿਆ ਭਾਅ ਜੀ ਕਾਫੀ ਲੋਕ ਆ ਕੇ ਨਾਲ ਖੜਦੇ ਫੋਟੋ ਲੈਂਦੇ, ਪਿਆਰ ਕਰਦੇ। ਇਹ ਕਰਕੇ ਮੰਗਾਇਆ ਵੀ ਸਾਰੇ ਹਰੇਕ ਨੂੰ ਪਿਆਰ ਚੀਜ਼ ਦਾ ਹੈਗਾ। ਠੀਕ ਹੈ, ਤੁਸੀਂ ਗੱਲਬਾਤ ਸੁਣੀ ਭਾਅ ਜੀ ਜੀ, ਬਹੁਤ ਥੈਂਕ ਯੂ ਕਰਦੇ ਹਾਂ ਤੁਸੀਂ ਆ ਕੇ ਜੀ। ਨਹੀਂ ਭਾਅ ਜੀ, ਅਸੀਂ ਸਾਡੇ ਭਰਾ ਆਇਓ, ਅਸੀਂ ਦੇਖਿਆ ਸੀਗਾ ਭਾਅ ਜੀ ਗੱਲਬਾਤ ਕਰਾ ਕੇ ਤੁਹਾਡਾ। ਠੀਕ ਹੈ, ਸਾਡੀ ਜੀਪ ਵੀ ਆ ਰਹੀ, ਤੁਹਾਨੂੰ ਜੀਪ ਵੀ ਦਿਖਾਵਾਂਗੇ। ਠੀਕ ਹੈ ਭਾਅ ਜੀ ਦੀ ਜੀਪ ਹੈ, ਟਰੈਕਟਰ ਹੈ, ਔਰ ਭਾਅ ਜੀ ਸਾਨੂੰ ਬੜਾ ਪਿਆਰ ਦਿੱਤਾ। ਠੀਕ, ਜੀਪ ਆ ਰਹੀ ਤੇ ਤੁਹਾਨੂੰ ਜੀਪ ਵੀ ਦੱਸਾਂਗੇ। ਜੀਪ ਕੈਮਰਾ ਮਾਰੋ, ਜੀਪ ਨੂੰ ਕੈਮਰਾ ਮਾਰੋ। ਇਹ ਆ ਜੀਪ ਹੀ ਭਾਅ ਜੀ ਦੀ ਆ ਗਈ ਜੀ। ਵਾਹ ਜੀ ਵਾਹ, ਹਾਂ ਜੀ, ਇਹ ਤੁਸੀਂ ਤੱਕ ਸਕਦੇ ਹੋ ਜੀ। ਇਹ ਜੀਪ ਵੀ ਆ ਗਈ ਭਾਅ ਜੀ ਦੀ, ਔਰ ਟਰੈਕਟਰ ਜੀਪ ਮੁੜ ਕੇ ਦੂਜਾ ਟਰੈਕਟਰ। ਠੀਕ ਹੈ, ਅਤੇ ਭਾਅ ਜੀ ਜਿਹੜੀ ਇਹ ਜੀਪ ਹੈ, ਭਾਅ ਜੀ ਜੀਪ ਇੱਥੋਂ ਲਈ ਆਏ ਇੰਡੀਆ ਲੈ ਕੇ ਆਏ? ਇੱਥੇ ਆਪ ਬਣਾਈ, ਇੱਥੋਂ ਆਪ ਰੈਡੀ ਕੀਤੀ ਆ, ਇੱਥੇ ਆਪ ਰੈਡੀ ਕੀਤੀ, ਇੱਥੇ ਲੈ ਕੇ ਵੀ ਬਾਅਦ 'ਚ ਮੋਡੀਫਾਈ ਲੈਦਰ ਸੀਟਾਂ ਉਹ ਇੰਡੀਆ ਦਾ ਮੰਗਾਇਆ, ਅਤੇ ਬਾਕੀ ਬੋਡੀ ਜਿਹੜੀ ਇੱਥੇ ਦੀ ਆ, ਇੱਥੇ ਦੀ ਰਜਿਸਟਰਡ ਆ ਇਹ। ਤੁਸੀਂ ਜਿੱਥੇ ਵੀ ਮੇਲਾ ਹੁੰਦਾ ਤੇ ਤੁਸੀਂ ਇੱਥੇ ਜੀਪ ਟਰੱਕ ਲੈ ਕੇ ਜਾਂਦੇ ਹੋ? ਹਾਂਜੀ, ਜੀਪ ਲੈ ਕੇ ਜਾਈਦਾ, ਉਹ ਆਪਣਾ ਪੰਜਾਬੀ ਸੱਭਿਆਚਾਰ ਆ, ਫਿਰ ਉਹਨੂੰ ਪ੍ਰਮੋਟ ਕਰਦੇ ਹਾਂ। ਵਾਹ ਵਾਹ, ਮੈਂ ਸੁਭਾ ਦੇਖਿਆ ਸੀ ਕਿ ਸਿੱਧੂ ਦਾ ਫੋਟੋ ਉੱਥੇ ਲਾਇਆ, ਫੋਟੋ ਬਿਲਕੁਲ ਲੱਗੀ, ਟਰੈਕਟਰ ਕਿਹਾ ਲੱਗੀ ਸੀ। ਠੀਕ ਹੈ, ਤੁਸੀਂ ਭਾਅ ਜੀ ਦੀ ਜੀਪ ਵੀ ਦੇਖੀ ਜੀ, ਟਰੈਕਟਰ ਦੀ ਫੋਟੋ ਸਿੱਧੂ ਦੀ, ਤੁਹਾਨੂੰ ਸਿੱਧੂ ਭਾਅ ਜੀ ਦੀ ਫੋਟੋ ਦੱਸਾਂਗਾ। ਇਹ ਦੇਖੋ ਜੀ, ਭਾਅ ਜੀ ਨੇ ਫੋਟੋ ਵੀ ਲੈ ਕੇ ਆਏ, ਇਹ ਦੇਖ ਸਕਦੇ ਹੋ, ਇਹ ਮੂਹਰੇ ਲਾ ਦਿੰਦੇ ਆ। ਠੀਕ ਹੈ, ਇਹ ਭਾਅ ਜੀ ਇਹਦਾ ਫੋਟੋ ਜੀ ਇਹਨਾਂ ਨੇ ਨਾਲ ਲੈ ਕੇ ਆਏ, ਪੰਜਾਬੀ ਭਾਅ ਜੀ ਸਾਡੇ ਨਾਲ ਮੌਜੂਦ ਨੇ, ਟਰੈਕਟਰ ਲੈ ਕੇ ਆਏ ਫੋਰਡ 3600 ਅਤੇ 87 ਮਾਡਲ ਆ। ਅਤੇ ਮੇਰੇ ਨਾਲ ਭਾਅ ਜੀ ਖੜ੍ਹੇ ਆ, ਇਹਨਾਂ ਨੇ ਸਭ ਵੀ ਫੜਿਆ, ਇਹਦੇ ਨਾਲ ਗੱਲਬਾਤ ਕਰਾਂਗੇ, ਔਰ ਜੀਪਾਂ ਵੀ ਲੈ ਕੇ। ਭਾਅ ਜੀ ਤੁਸੀਂ ਦੱਸੋ ਕਿ ਜਿਸ ਤਰ੍ਹਾਂ ਮਾਸ਼ਾਅੱਲਾ ਅੱਜ ਗਰਾਊਂਡ ਸਜਿਆ, ਕਬੱਡੀ ਦੇ ਬਹੁਤ ਪਿਆਰ ਲੋਕ ਕਰਨ ਵਾਲੇ ਆਏ, ਲਵ ਕਰਨ ਵਾਲੇ, ਅਤੇ ਤੁਹਾਡਾ ਮੈਂ ਦੇਖਿਆ ਮੁਨਫਰਿਦ ਅੰਦਾਜ਼, ਤੁਸੀਂ ਸਭ ਫੜਿਆ ਹੋਇਆ, ਖੂਸਾ ਲਾਇਆ, ਪੂਰੇ ਕੱਪੜੇ ਲਾਏ, ਜੀਪ ਲੈ ਕੇ ਆਏ, ਅਤੇ ਇੱਦਾਂ ਕਰ ਸਾਰਾ ਮਾਹੌਲ ਬਣਾ ਕੇ ਭਾਅ ਜੀ ਤੁਹਾਨੂੰ ਕਿੰਨੀ ਖੁਸ਼ੀ ਹੋਈ? ਬਹੁਤ, ਇਹ ਲੱਗਦਾ ਕਿ ਤੁਸੀਂ ਆਪਣੇ ਪੰਜਾਬ 'ਚ ਬੈਠੇ ਹਾਂ, ਆਪਣੇ ਪੰਜਾਬ ਬੈਠੇ, ਫੀਲਿੰਗ ਆ ਜਾਂਦੀ ਇੰਡੀਆ ਲਈ। ਹੁਣ ਆਹ ਕਿਹੜੀ ਫੀਲਿੰਗ, 4 ਸਾਲ ਬਾਅਦ, 5 ਸਾਲ ਤੋਂ ਕੋਈ ਕਬੱਡੀ ਮੈਚ ਨਹੀਂ ਹੋ ਰਿਹਾ ਸੀ, ਹੁਣ 5 ਸਾਲ ਬਾਅਦ ਤਾਂ ਜੇ ਹੋਇਆ, ਸਾਰੇ ਯਾਰ ਦੋਸਤ ਪੁਰਾਣੀ ਬੇਲੀ ਪੇਂਡੂ ਇੱਥੇ ਮਿਲੇ, ਦਿਲ ਖੁਸ਼ ਹੋ ਜਾਂਦਾ, ਜਦੋਂ ਕੋਈ ਆਪਣਾ ਪੁਰਾਣੀ ਗ੍ਰਾਈ ਮਿਲਦਾ ਨਾ, ਇਹ ਚਾਹ ਚੜ ਜਾਂਦਾ, ਅਤੇ ਕਈ ਭਰਾ ਪੁੱਛਦੇ ਫੋਟੋ ਖਿੱਚ ਲਈਏ, ਭਾਅ ਜੀ ਖਿੱਚੋ ਯਾਰ ਫੋਟੋ ਖਿੱਚੋ, ਜੋ ਮਰਜ਼ੀ ਕਰੋ। ਭਾਅ ਜੀ ਜੀਪ ਬੜੀ ਸੋਹਣੀ ਮਿਲਾਈ, ਜੀਪ 'ਤੇ ਕਿੰਨਾ ਖਰਚਾ ਕੀਤਾ ਬਣਾਉਣ ਲਈ? ਖਰਚਾ ਤਾਂ ਭਾਅ ਜੀ ਸ਼ੌਂਕ ਦਾ ਕੋਈ ਮੁੱਲ ਨਹੀਂ, ਪਾਣੀ ਪਟ ਪੜ ਕੇ ਰਹੇ, ਉਹ ਵੀ ਲੱਗ ਜੂਗੀ, ਬਿਲਕੁਲ ਕੋਈ ਤਾਂ ਲਾਈਕ ਡਿਪੈਂਡ ਤੁਹਾਡੇ 'ਤੇ ਕਿ ਕਿੰਨਾ ਚਾਹੁੰਦੇ ਆ, ਕਿੰਨਾ ਚਾਹੁੰਦੇ ਆ। ਠੀਕ ਹੈ ਭਾਅ ਜੀ, ਅੱਜ ਤੁਸੀਂ ਕਿਹੜੀ ਟੀਮ ਨੂੰ ਸਪੋਰਟ ਕਰ ਰਹੇ ਹੋ? ਆਪਾਂ ਸਾਊਥ ਹਾਲ ਦੋਨੀ ਘਰ ਦੀਆਂ ਟੀਮਾਂ। ਠੀਕ ਹੈ, ਸਾਊਥ ਹਾਲ ਹੀ ਦਾ, ਅਤੇ ਉੱਥੇ ਕਿਹੜਾ ਵਧੀਆ ਪਲੇਅਰ ਖੇਡਦੇ, ਜਿਸ ਪਲੇਅਰ ਨੂੰ ਸਪੋਰਟ ਕਰ ਰਹੇ ਹੋ? ਪਲੇਅਰ ਸਾਊਥ ਹਾਲ ਦੇ ਵਿੱਚ ਕਾਲਾਧੂਰ ਕੋਟੀ ਹੈਗਾ ਆ, ਠੀਕ ਹੈ, ਬਾਕੀ ਮੁੰਡੇ ਨਵੇਂ ਹਜੇ, ਕਈਆਂ ਦੇ ਨਾਂ ਨਹੀਂ ਪਤਾ। ਅੱਛਾ, ਅਤੇ ਕਾਲਾਧੂਰ ਕੋਟਾ ਦਾ ਰੋਹਿਤ ਵਧੀਆ ਕਰਦਾ, ਅਤੇ ਡੱਗੂ ਰਮਾਣਾ ਸ਼ਾਨਾ ਉਹ ਸਟੋਪਰ ਆ, ਉਹ ਵੀ ਪਤਾ ਪਲੇਅਰ ਵਧੀਆ ਆ। ਠੀਕ ਆ, ਸੋ ਜਾਦਾ ਵੀ ਹੈਗਾ ਉਹ ਰੈਡੀ ਵਾਸਤੇ ਆ, ਠੀਕ ਹੈ, ਅਤੇ ਪਲੇਅਰ ਵਧੀਆ ਗਈ, ਹਜੇ ਨਵੇਂ ਮੁੰਡੇ ਆ। ਭਾਅ ਜੀ ਅੱਜ ਦੇਖਿਆ ਮੌਸਮ ਬੜਾ ਅੱਛਾ ਹੋਇਆ ਹੋਇਆ, ਅਤੇ ਹੁਣ ਦਰਸ਼ਕ ਕਾਫੀ ਦਰਸ਼ਕ ਤਾਦਾਦ ਚ ਆਏ ਹੋਏ ਕਬੱਡੀ ਦੇ ਲਵਰ ਜਿੰਨੇ ਵੀ ਹੈ। ਹਾਂਜੀ ਹਾਂਜੀ, ਸਟੈਂਡ ਅੱਜ ਬਹੁਤ ਵਧੀਆ ਨਿਕਲਿਆ, ਸੋ ਇੱਥੇ ਲੋਕਲ ਹੈਗਾ ਆਪਣਾ ਟਾਊਨ, ਤੋਂ ਸਾਰੇ ਭਰਾ ਸਾਰੇ ਪਹੁੰਚੇ ਹਮਾਂਗੇ, ਉਹ ਸਾਰੇ ਜਿਹਨੇ ਕਦੀ 4 ਸਾਲ ਹੋ ਗਏ ਮੈਚ ਨਹੀਂ ਦੇਖਿਆ ਸੀ, ਮਤਲਬ ਅੱਜ 4 ਸਾਲ ਪਹਿਲਾਂ ਮੌਕਾ ਮਿਲਿਆ, ਖੂਬ ਇੰਜੋਏ ਕਰ ਰਹੇ। ਠੀਕ ਹੈ, ਬਾਦਲ ਵੀ ਬਾਬੇ ਦੀ ਕਿਰਪਾ 'ਚ। ਥੈਂਕ ਯੂ, ਤੁਸੀਂ ਗੱਲਬਾਤ ਸੁਣੀ ਭਾਅ ਜੀ ਦੀ, ਭਾਅ ਜੀ ਦਾ ਮਾੜਾ ਬੜਾ ਅੱਛਾ ਟਰੈਕਟਰ ਵੀ ਹੈ, ਜੀਪ ਵੀ ਹੈ, ਇਹਨਾਂ ਨੇ ਸਭ ਫੜਿਆ ਹੋਇਆ, ਉਹ ਇਹਨਾਂ ਨੇ ਬੜੀਆਂ ਸਾਡੇ ਗੱਲਬਾਤ ਕੀਤੀ, ਔਰ ਬੜਾ ਸਾਨੂੰ ਪਿਆਰ ਦਿੱਤਾ, ਗੱਲਬਾਤ ਕੀਤੀ, ਤੁਹਾਨੂੰ ਸਾਰੀ ਵੀਡੀਓ ਯਕੀਨ ਪਸੰਦ ਆਈ ਹੋਣੀ, ਸਾਨੂੰ ਜ਼ਿਆਦਾ ਦੇਵਲਾ ਨੇ ਕੇ ਪਾਣਾ। ਅਸਲਾਮ ਵਾਲੇ।